ਤੇ SGPC ਵੱਲੋਂ ਆਨਲਾਈਨ ਵੈਬਸਾਈਟ Amazon ਨੂੰ ਜਿੱਥੇ ਨੋਟਿਸ ਭੇਜਿਆ ਗਿਆ ਉੱਥੇ ਜਲੰਧਰ ਵਿੱਚ ਸਿੱਖ ਤਾਲਮੇਲ ਕਮੇਟੀ ਵੱਲੋਂ Amazon ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਕਮੇਟੀ ਨੇ Amazon ਦੇ ਜਲੰਧਰ ਵਿਖੇ ਸਥਿਤ ਰੀਜਨਲ ਆਫਿਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ Amazon ਦਫ਼ਤਰ ਨੂੰ ਬੰਦ ਵੀ ਕਰਵਾਇਆ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਕੰਪਨੀ ਦੇ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ। ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਸਾਈਬਰ ਸੈੱਲ ਵੱਲੋਂ ਵੀ ਕੀਤੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਅਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਸੀਗਾ, ਇੱਕ ਟੋਇਲਟ ਫਲਾ ਸੀਟ ਦੇ ਥੱਲੇ ਦਰਬਾਰ ਸਾਹਿਬ ਦੀ ਫੋਟੋ ਬਣਾ ਕੇ ਮੈਟ ਜਿਹਾ ਬਣਾਇਆ ਗਿਆ ਸੀਗਾ, ਜੋ Amazon ਕੰਪਨੀ ਦੇ ਔਨਲਾਈਨ 'ਤੇ ਸੀਗਾ। ਅਸੀਂ ਜੋ ਕੱਲ੍ਹ ਦੇਖ ਕੇ ਅਤੇ ਅੱਜ ਅਸੀਂ ਪਤਾ ਕਰਾਇਆ ਕਿ ਦਫ਼ਤਰ ਸੀਗਾ ਇਹਨਾਂ ਦਾ ਸੂਰਿਆ ਨਿਕਲੇ ਉਹਦੇ ਵਿੱਚ, ਉਹ ਅਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਹੈ, ਉਹਨੂੰ ਨਾਲ ਲੈ ਕੇ ਅਸੀਂ ਉਹ ਦਫ਼ਤਰ ਬੰਦ ਕਰਾਤਾ ਹੈ ਅਤੇ Amazon ਦੀ ਕੰਪਨੀ ਦੇ ਖਿਲਾਫ਼ ਅਸੀਂ ਕਾਰਵਾਈ ਕਰਨ ਲਈ ਆਪਾਂ ਉਹਨੂੰ ਕੰਪਲੇਂਟ ਦੇ ਕੇ ਆਏ ਹਾਂ। ਜੋ ਸਾਨੂੰ ਪੁਲਿਸ ਨੇ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਇਹ ਜੋ ਸਾਈਬਰ ਕ੍ਰਾਈਮ ਨੂੰ ਰਿਪੋਰਟ ਭੇਜ ਦਿੱਤੀ ਹੈ, ਜੋ ਸਾਨੂੰ ਸਾਈਬਰ ਕ੍ਰਾਈਮ ਸਾਨੂੰ ਕਹੇਗਾ ਉਸ ਹਿਸਾਬ ਨਾਲ ਅਸੀਂ ਕਾਰਵਾਈ ਕਰਾਂਗੇ ਜੀ। ਆਪਾਂ ਸਰ ਜਿੰਨੇ ਵੀ ਇਹਨੂੰ ਪ੍ਰੋਡਕਟ ਨੂੰ ਵਿੱਚ ਪਾਇਆ ਵਾ ਜਾਂ Amazon ਦੀ ਜਿਹੜੇ ਵੀ ਕਸੂਰ ਲੱਭਿਆ ਜਾਂਦਾ ਵਾ, ਉਹ ਤਾਂ ਹੁਣ ਪੁਲਿਸ ਦੇਖੇ ਕਾਰਵਾਈ ਕਿਹੜਾ ਕਸੂਰ ਵਾ, ਜਿਹੜੇ ਜਿਹੜੇ ਕਸੂਰ ਵਾ ਉਹਨਾਂ ਦੇ ਕੰਪਲੇਂਟ ਦਿੱਤੀ ਹੈ ਆਪਾਂ। ਜਦੋਂ ਆਨਲਾਈਨ ਜਦੋਂ ਉਸ ਵੈਬਸਾਈਟ ਦੇ ਉੱਤੇ ਸਰਚ ਮਾਰੀ ਗਈ ਤਾਂ ਉਹਦੇ 'ਚੋਂ ਦੇਖਿਆ ਗਿਆ ਕਿ ਉਹਦੇ ਵਿੱਚ ਜਿਹੜੇ ਬਹੁਤ ਹੀ ਜਿਹੜੀਆਂ ਕਾਨੂੰਨੀਆਂ ਫੋਟੋਆਂ ਜਿਨ੍ਹਾਂ ਨੂੰ ਕਿ ਦੇਖਣ ਲੱਗਿਆਂ ਸ਼ਾਇਦ ਇੱਕ ਗੁਰਸਿੱਖ ਦੀਆਂ ਅੱਖਾਂ ਵੀ ਸੜ ਜਾਣ, ਕਿਉਂਕਿ ਉਹਦੇ ਵਿੱਚ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਫਲੱਸ਼ ਦੀਆਂ ਸੀਟਾਂ ਦੇ ਕਵਰਾਂ ਉੱਤੇ ਜਾਂ ਥੱਲੇ ਜਿਹੜੇ ਪੈਰਾਂ ਦੇ ਵਿੱਚ ਪਏ ਹੋਏ ਮੈਟਾਂ ਦੇ ਉੱਪਰ ਉੱਥੇ ਉਹ ਸਾਰੀਆਂ ਫੋਟੋਆਂ ਪਾ ਕੇ ਅਤੇ ਉਹਨੂੰ ਉਹ ਅਪਲੋਡ ਕੀਤਾ ਹੋਇਆ ਸੀ। ਉਹਨੂੰ ਦੇਖਣ ਦੇ ਨਾਲ ਉਹ ਸਾਡੀਆਂ ਸਾਰੀਆਂ ਹੀ ਜਿੰਨੀਆਂ ਵੀ ਗੁਰੂ ਨਾਨਕ ਨਾਮ ਲੈਂਦੀਆਂ ਸੰਗਤਾਂ ਨੇ ਜਾਂ ਸਿੱਖ ਹੈ ਉਹ ਸਾਰੀਆਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਉਸ ਠੇਸ ਪਹੁੰਚਣ ਤੋਂ ਬਾਅਦ ਜਦੋਂ ਅਸੀਂ ਉਸ 'ਤੇ ਉਹਨੂੰ ਅਗਲਾ ਹੋਰ ਪੜਤਾਲ ਕੀਤੀ ਤਾਂ ਉਹ ਸਾਨੂੰ ਪਤਾ ਲੱਗਾ ਕਿ Amazon ਕੰਪਨੀ ਜਿਹੜੀ ਹੈ ਉਹ ਦੁਆਬੇ ਦਾ ਜਿਹੜਾ ਉਹਨਾਂ ਦਾ ਇੱਕ ਨੈਟਵਰਕਿੰਗ ਦਾ ਜਿਹੜਾ ਆਫਿਸ ਹੈ ਉਹ ਸਾਡੇ ਜਲੰਧਰ ਸ਼ਹਿਰ 'ਚ ਹੀ ਹੈ। ਪਰ ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਤੋਂ ਵੀ ਇਹ ਗੱਲ ਚੱਕੀ ਸੀ ਔਰ ਇਹ ਗੱਲ ਜਦੋਂ ਅਸੀਂ ਇਹ ਗੱਲ ਪ੍ਰਸ਼ਾਸਨ ਦੇ ਅੱਗੇ ਰੱਖੀ ਅਤੇ ਪ੍ਰਸ਼ਾਸਨ ਨੂੰ ਦੱਸਿਆ ਵੀ ਹਾਂ ਵੀ ਇਹ ਚੀਜ਼ਾਂ ਹੋਈਆਂ, ਉਹਨਾਂ ਨੂੰ ਉਹ ਵੀਡੀਓ ਜਿਹੜੀਆਂ ਉਹਨਾਂ ਨੂੰ ਬਕਾਇਦਾ ਦਿਖਾਈਆਂ ਔਰ ਉਹਨਾਂ ਨੂੰ ਫੋਟੋਆਂ ਉਹ ਦਿਖਾਈਆਂ ਤਾਂ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਔਰ ਉਹ ਸਾਡੇ ਨਾਲ ਉਹ ਰਾਮਾ ਮੰਡੀ ਥਾਣੇ ਤੋਂ ਸਾਰੀ ਪੁਲਿਸ ਫੋਰਸ ਜਾ ਕੇ ਜਦੋਂ ਅਸੀਂ ਉੱਥੇ ਉਹਨਾਂ ਦੇ ਆਫਿਸ ਪਹੁੰਚੇ ਹਾਂ ਅਤੇ ਉਹ ਪੁਲਿਸ ਨੇ ਆਪਣੇ ਵੱਲੋਂ ਬਹੁਤ ਚੰਗੀ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਦਾ ਆਫਿਸ ਜਿਹੜਾ ਉਹ ਜਲਦ ਤੋਂ ਜਲਦ ਪਹਿਲਾਂ ਬੰਦ ਕਰਾਇਆ, ਕਿਉਂਕਿ ਉੱਥੇ ਕੋਈ ਵੀ ਟਕਰਾਵ ਦੀ ਸਥਿਤੀ ਪੈਦਾ ਹੋ ਸਕਦੀ ਸੀ। ਅਤੇ ਉਸ ਕਰਕੇ ਪੁਲਿਸ ਨੇ ਆਪਣਾ ਰੋਲ ਉਹ ਚੰਗੀ ਤਰ੍ਹਾਂ ਅਦਾ ਕਰਨ ਤੋਂ ਬਾਅਦ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਥਾਣੇ ਚੱਲੋ, ਥਾਣੇ ਚੱਲ ਕੇ ਜੋ ਆਪਣੀ ਕੰਪਲੇਂਟ ਜੋ ਆਪਣੇ ਬਿਆਨ ਲਿਖਾਉਣਾ ਚਾਹੁੰਦੇ ਹੋ ਤੁਸੀਂ ਉਹ ਲਿਖਾਓ। ਅੱਜ ਸਾਨੂੰ ਸਵੇਰੇ ਪਤਾ ਲੱਗਾ Amazon ਦਾ ਦਫ਼ਤਰ ਇੱਥੇ ਦੁਆਬੇ ਦਾ ਹੈਗਾ। ਮੈਂ ਅਤੇ ਮੇਰੇ ਨਾਲ ਸਰਦਾਰ ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਅਸੀਂ ਤਿੰਨੇ ਉੱਥੇ ਗਏ ਅਤੇ ਇਹਨਾਂ ਪੁਲਿਸ ਨੂੰ ਅਸੀਂ ਫੋਨ ਕਰਤਾ ਵੀ ਅਸੀਂ ਉੱਥੇ ਦਫ਼ਤਰ ਬੰਦ ਕਰਾਉਣਾ, ਜਿਹਨੇ ਪੁਲਿਸ ਵੀ ਆ ਗਈ, ਅਸੀਂ ਦਫ਼ਤਰ ਬੰਦ ਕਰਾਇਆ। ਉਸ ਤੋਂ ਬਾਅਦ ਅਸੀਂ ਸਾਡੇ ਮੈਂਬਰ ਹਰਪ੍ਰੀਤ ਸਿੰਘ ਨੀਟੂ ਵੱਲੋਂ ਅਸੀਂ ਕੰਪਲੇਂਟ ਦਿੱਤੀ ਉੱਥੇ ਪ੍ਰਸ਼ਾਸਨ ਨੇ। ਹੁਣ ਸਾਨੂੰ ਯਕੀਨ ਦਵਾਈ ਕੁਛ ਦੋ ਤਿੰਨ ਦਿਨਾਂ 'ਚ ਅਸੀਂ ਸਾਈਬਰ ਕ੍ਰਾਈਮ ਦੇ ਨਾਲ ਸਲਾਹ ਕਰਕੇ ਅਤੇ ਇਹਦੇ 'ਤੇ ਕਾਰਵਾਈ ਕਰਾਂਗੇ। ਇਸ ਉਸ ਤੋਂ ਬਾਅਦ ਅਸੀਂ ਆਪਣਾ ਮੋਰਚਾ ਉੱਥੋਂ ਖਤਮ ਕੀਤਾ। ਅਸੀਂ ਸੈੱਲ ਨੇ ਅਸੀਂ Amazon ਦੇ ਖਿਲਾਫ਼ ਦਿੱਤੀ ਹੈ ਕੰਪਲੇਂਟ ਦਿੱਤੀ ਜਿਹੜੀ ਆਪਾਂ, ਅਗਰ ਜੇ ਪੁਲਿਸ ਪ੍ਰਸ਼ਾਸਨ ਨਹੀਂ ਕਾਰਵਾਈ ਕਰੇਗਾ ਦੋ ਚਾਰ ਦਿਨ ਦੇਖਾਂਗੇ, ਉਸ ਤੋਂ ਬਾਅਦ ਆਪਣੇ ਜਥੇਬੰਦੀਆਂ ਨਾਲ ਸਲਾਹ ਕਰਕੇ ਅਗਲਾ ਪ੍ਰੋਗਰਾਮ ਉਲੀਕਾਂਗੇ ਆਪਾਂ। ਕੰਪਲੇਂਟ ਦਿੱਤੀ ਵੀ ਉਹਨਾਂ ਨੇ Amazon ਕੰਪਨੀ ਵਾਲਿਆਂ ਨੇ ਕੋਈ ਜਿਹੜੀ ਟੋਇਲਟ ਦੇ ਵਿੱਚ ਸੀਟ ਲਾਈ ਦੀ ਉਹ 'ਤੇ ਜਿਹੜੇ ਥੱਲੇ ਫਲੋਰ ਬਣਾਈ ਦਾ ਵਿਛਾਈ ਦਾ ਉਹਨਾਂ ਦੇ ਉੱਤੇ ਹਰਿਮੰਦਰ ਸਾਹਿਬ ਦੀ ਫੋਟੋ ਲਾਈ ਆ, ਜਿਸ ਦੇ ਵਿੱਚ ਉਹਨਾਂ ਦੇ ਕਹਿੰਦੇ ਵੀ ਸਾਡੇ ਮਨਾਂ ਨੂੰ ਠੇਸ ਪਹੁੰਚੀ ਆ, ਇਸ ਕਰਕੇ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਉਹ ਕੰਪਲੇਂਟ ਦੇਣ ਤੋਂ ਬਾਅਦ ਅਸੀਂ ਉਸ 'ਤੇ ਕਾਨੂੰਨੀ ਪਹਿਲੂ ਦੇ ਉੱਤੇ ਕੰਮ ਕਰ ਰਹੇ ਹਾਂ, ਜਿੱਥੇ ਵੀ ਕਾਰਵਾਈ ਬਣੂਗੀ ਅਸੀਂ ਉਹਨਾਂ ਨੂੰ ਸਾਰਾ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ। ਕੰਪਲੇਂਟ ਆਈ ਸੀਗੀ ਤਾਲਮੇਲ ਕਮੇਟੀ ਦੇ ਹਰਪ੍ਰੀਤ ਸਿੰਘ ਨੀਟੇ ਵੱਲੋਂ ਕੰਪਲੇਂਟ ਦਿੱਤੀ ਗਈ ਆ, ਉਹਦੇ ਉੱਤੇ ਕਾਰਵਾਈ ਕਰਨ ਵਾਸਤੇ ਅਸੀਂ ਕਾਨੂੰਨੀ ਰਾਏ ਲੈ ਰਹੇ ਹਾਂ ਵੀ ਇਹ ਜਿਹੜੀ ਆ ਵਟਸਐਪ ਦੇ ਉੱਤੇ ਜਾਂ ਨੈੱਟ ਦੇ ਉੱਤੇ ਪਈ ਆ ਇਹ ਕਿੱਥੋਂ ਪਈ ਆ, ਕਿਵੇਂ ਆਈ ਆ, ਕੀ ਗੱਲਬਾਤ ਆ।